meeting. I said that I'd like to hug my father goodbye. He'd been the president, the prime minister. He brought them back from the camps of India. They wouldn't even open the cell doors for me to kiss him goodbye. ਪਾਰਟੀ ਦੀ ਚੇਅਰਪਰਸਨ ਬੇਨਜ਼ੀਰ ਭੁੱਟੋ 21 ਜੂਨ 1953 ਨੂੰ ਕਰਾਚੀ ਵਿੱਚ ਪੈਦਾ ਹੋਈਆਂ। ਉਹ ਸਾਬਕ ਵਜ਼ੀਰ ਆਜ਼ਮ ਜ਼ੁਲਫਕਾਰ ਅਲੀ ਭੁੱਟੋ ਅਤੇ ਨੁਸਰਤ ਭੁੱਟੋ ਦੀ ਸਭ ਤੋਂ ਵੱਡੀ ਬੇਟੀ ਨੇ। ਉਹਨਾਂ ਨੇ ਇਬਤਦਾਈ ਤਾਲੀਮ ਲੇਡੀ ਜੀਨਿੰਗਸ ਨਰਸਰੀ ਸਕੂਲ ਅਤੇ ਕਾਨਵੈਂਟ ਜੈਸੇ ਸੈਂਟ ਮੈਰੀ ਕਰਾਚੀ ਤੋਂ ਹਾਸਿਲ ਕੀਤੀ। 15 ਸਾਲ ਦੀ ਉਮਰ ਵਿੱਚ ਉਹਨਾਂ ਨੇ ਮਰੀ ਕਾਨਵੈਂਟ ਤੋਂ ਓ ਲੈਵਲ ਕੀਤਾ। 1969 ਤੋਂ 1973 ਦੇ ਦੌਰਾਨ ਰੈੱਡ ਕਲਿਫ ਕਾਲਜ ਐਂਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ 1973 ਤੋਂ 1977 ਤੱਕ ਆਕਸਫੋਰਡ ਯੂਨੀਵਰਸਿਟੀ ਵਿੱਚ ਸਿਆਸਤ, ਫਲਸਫੇ ਅਤੇ ਮਈਸ਼ਤ ਦੀ ਆਲਾ ਤਾਲੀਮ ਹਾਸਲ ਕੀਤੀ। 1976 ਵਿੱਚ ਉਹ ਆਕਸਫੋਰਡ ਯੂਨੀਅਨ ਦੀ ਸਦਰ ਮੁੰਤਖਬ ਹੋਈਆਂ। 1979 ਵਿੱਚ ਜ਼ੁਲਫਕਾਰ ਅਲੀ ਭੁੱਟੋ ਦੀ ਫਾਂਸੀ ਤੋਂ ਬਾਅਦ ਉਹ 3 ਸਾਲ ਜ਼ੇਰੇ ਹਿਰਾਸਤ ਰਹਿਣ ਤੋਂ ਬਾਅਦ 1984 ਵਿੱਚ ਮੁਲਕ ਤੋਂ ਬਾਹਰ ਚਲੀ ਗਈਆਂ। 10 ਅਪ੍ਰੈਲ 1986 ਵਿੱਚ ਉਹ 4 ਸਾਲਾ ਜਲਾਵਤਨੀ ਤੋਂ ਬਾਅਦ ਲਾਹੌਰ ਏਅਰਪੋਰਟ ਉਤਰੀ ਅਤੇ ਉਹਨਾਂ ਦਾ ਤਾਰੀਖੀ ਇਸਤਕਬਾਲ ਕੀਤਾ ਗਿਆ। 18 ਦਸੰਬਰ 1987 ਵਿੱਚ ਉਹਨਾਂ ਦੀ ਸ਼ਾਦੀ ਆਸਿਫ ਅਲੀ ਜ਼ਰਦਾਰੀ ਨਾਲ ਹੋਈ ਅਤੇ ਇਸ ਵੇਲੇ ਉਹਨਾਂ ਦੇ 3 ਬੱਚੇ ਬਿਲਾਵਲ, ਬਖਤਾਵਰ ਅਤੇ ਆਸਫਾ ਨੇ। 16 ਨਵੰਬਰ 1988 ਵਿੱਚ ਹੋਣ ਵਾਲੇ ਇੰਤਖਾਬਾਤ ਵਿੱਚ ਉਹਨਾਂ ਦੀ ਪਾਰਟੀ ਨੇ ਮਰਕਜ਼ ਅਤੇ ਸਿੰਧ ਵਿੱਚ ਅਕਸਰੀਅਤ ਹਾਸਲ ਕੀਤੀ ਅਤੇ ਦੂਜੀਆਂ ਪਾਰਟੀਆਂ ਨਾਲ ਰਲ ਕੇ ਹਕੂਮਤ ਬਣਾਈ। 35 ਸਾਲ ਦੀ ਉਮਰ ਵਿੱਚ ਉਹ ਸਭ ਤੋਂ ਕਮ ਉਮਰ ਅਤੇ ਇਸਲਾਮੀ ਦੁਨੀਆ ਦੀ ਪਹਿਲੀ ਖਾਤੂਨ ਵਜ਼ੀਰ ਆਜ਼ਮ ਬਣੀਆਂ। 1990 ਵਿੱਚ ਸਦਰ ਗੁਲਾਮ ਇਸਹਾਕ ਖਾਨ ਨੇ ਕਰਪਸ਼ਨ ਦੇ ਇਲਜ਼ਾਮਾਂ ਉੱਤੇ ਉਹਨਾਂ ਦੀ ਹਕੂਮਤ ਨੂੰ ਬਰਤਰਫ ਕਰ ਦਿੱਤਾ। ਅਕਤੂਬਰ 1993 ਦੇ ਇਲੈਕਸ਼ਨ ਤੋਂ ਬਾਅਦ ਉਹਨਾਂ ਨੇ ਫਿਰ ਹਕੂਮਤ ਬਣਾਈ, ਜਿਹੜੀ 1996 ਵਿੱਚ ਫਾਰੂਕ ਲਗਾਰੀ ਨੇ ਕਰਪਸ਼ਨ ਦੇ ਇਲਜ਼ਾਮਾਂ ਉੱਤੇ ਬਰਤਰਫ ਕਰ ਦਿੱਤੀ। 1997 ਵਿੱਚ ਉਹਨਾਂ ਨੇ ਖੁਦ ਸਾਖਤਾ ਜਲਾਵਤਨੀ ਇਖਤਿਆਰ ਕਰ ਲਈ। 1999 ਵਿੱਚ ਜਨਰਲ ਪਰਵੇਜ਼ ਮੁਸ਼ਰਫ ਨੇ ਨਵਾਜ਼ ਸ਼ਰੀਫ ਤੋਂ ਇਕਤਦਾਰ ਟੇਕ ਓਵਰ ਕਰਨ ਤੋਂ ਬਾਅਦ ਜਦੋਂ 2002 ਦੇ ਇਲੈਕਸ਼ਨ ਕਰਵਾਏ, ਜਿਹਦੇ ਵਿੱਚ ਉਹਨਾਂ ਦੀ ਜਲਾਵਤਨੀ ਦੇ ਦੌਰਾਨ ਪੀਪਲਸ ਪਾਰਟੀ ਨੇ ਸਭ ਤੋਂ ਜ਼ਿਆਦਾ ਵੋਟ ਹਾਸਿਲ ਕੀਤੇ ਅਤੇ ਉਹਨਾਂ ਦੇ 62 ਅਰਕਾਨ ਕੌਮੀ ਅਸੈਂਬਲੀ ਮੁੰਤਖਬ ਹੋਏ। 2007 ਦੇ ਆਗਾਜ਼ ਤੋਂ ਹੀ ਜਨਰਲ ਪਰਵੇਜ਼ ਮੁਸ਼ਰਫ ਅਤੇ ਉਹਨਾਂ ਦੇ ਦਰਮਿਆਨ ਡੀਲ ਦੀਆਂ ਗੱਲਾਂ ਸਾਹਮਣੇ ਆਈਆਂ ਅਤੇ 27 ਜੁਲਾਈ 2007 ਨੂੰ ਉਹਨਾਂ ਨੇ ਅਬੂ ਜ਼ੈਬੀ ਵਿੱਚ ਸਦਰ ਜਨਰਲ ਪਰਵੇਜ਼ ਮੁਸ਼ਰਫ ਨਾਲ ਦੂਜੀ ਮੁਲਾਕਾਤ ਕੀਤੀ, ਜਿਹਦੇ ਬਾਅਦ ਇੱਕ ਵਾਰੀ ਫਿਰ ਡੀਲ ਦੀਆਂ ਗੱਲਾਂ ਮੁਲਕੀ ਅਤੇ ਆਲਮੀ ਸਤ੍ਹਾ ਉੱਤੇ ਗਰਦਿਸ਼ ਕਰਨ ਲੱਗੀਆਂ। 29 ਅਗਸਤ ਨੂੰ ਉਹਨਾਂ ਨੇ ਬਿਆਨ ਦਿੱਤਾ ਕਿ ਜਨਰਲ ਪਰਵੇਜ਼ ਮੁਸ਼ਰਫ ਵਰਦੀ ਲਾਉਣ ਉੱਤੇ ਰਜ਼ਾਮੰਦ ਹੋ ਗਏ ਨੇ, ਜਿਹਦੇ ਬਾਅਦ ਸਦਰ ਵੱਲੋਂ ਕੌਮੀ ਮਫਾਹਮਤੀ ਆਰਡੀਨੈਂਸ ਮੰਜ਼ਰ-ਏ-ਆਮ ਉੱਤੇ ਆ ਗਿਆ, ਜਿਹਦੇ ਨਾਲ ਪੀਪਲਸ ਪਾਰਟੀ ਅਤੇ ਹਕੂਮਤ ਦੇ ਦਰਮਿਆਨ ਡੀਲ ਦੀ ਗੱਲਾਂ ਸਾਦਕ ਹੋ ਗਈਆਂ ਨੇ। ਪਰ ਫਿਰ ਵੀ ਹਕਮਰਾਨ ਜਮਾਤ ਦੇ ਕਈ ਰਹਿਨੁਮਾ ਪੀਪਲਸ ਪਾਰਟੀ ਅਤੇ ਮਫਾਹਮਤੀ ਆਰਡੀਨੈਂਸ ਦੇ ਹਵਾਲੇ ਨਾਲ ਤਹੱਫੁਜ਼ਾਤ ਦਾ ਸ਼ਿਕਾਰ ਨੇ।
और अगर आज पाकिस्तान मुसलमान दुनिया का एक यूनिवर्सिटी विच यूनियन की पहली एशियाई खातून सदर पहली कम उम्र वजीर आजम खातून अकवाए मुतहदा विच पहली कम उम्र मुसलमान खातून का खिताब पहली मुसलमान खातून जड़ी खुद भी वजीर आजम सी ते ओना दे वालिद भी वजीर आजम सन पहली मुसलमान खातून दो बारी वजीर आजम बनन वालियां दे सब तो कम उम्र पुत्र नू पार्टी दा सरबरा बनन दा एजाज शामिल है एजाजात शहीद जमहूरियत मोहतरमा बेनजीर भुट्टो दे अलावा किसी होर रहनुमा दे हिस्से विच नहीं आए सालगिरह इंतहाई सादगी नाल मनाई जा रही है इस वाना बिलावल हाउस लाहौर में सुबह 11 बजे कुरान खानी होएगी जिसके बाद लंगर तकसीम किया जाएगा।